कुछ भी खरीदो 99। इनू पुछता सी बेबे इन्ना महंगा अंडा है कादा। एक होर कंप्लेंट है भी जिहड़ा बंदा ब्लॉग देखदा ओह हुण कमेंट नहीं करदा। कमेंट जरूर करो, कमेंट सानू बहुत बहुत करया करो, बहुत कमेंट करया करो। असीं जा रहे मूवी देखना, ही हो गए लेट, जल्दी जल्दी निकलना। हां जी, अज असीं आए हैं सिनेमा दे विच ते असीं बहुत ज्यादा लेट हो गए क्योंकि पहला असीं अज्ज दी दवाई लैनी सी ते फिर हुण असीं सिनेमा च आए हैं। असीं मूवी देखनी है शेर बग्गा ते 11 बज चुके ने, असीं लेट हो चुके हैं। पापा टिकट ले रहे हैं, ओ खड़े ने उनके पापा टिकट काउंटर पे। हूँ आइए एंटर कर लगे तो हो गया हूँ इंटरवल। अभी पहला वीडियो तो नहीं बनाई, भज के आए सही हो गए सी लेट। आई की लेना है तू खाना लेना है अजय भी घर जाना मैडम वजिया लगी है घर नहीं जाना चाहता कहते मैं इतने रहना। ਕੀ ਕਹਿੰਦਾ ਬਿਜ਼ਨਸਮੈਨ, ਇਹਨੂੰ ਪੁੱਛਤਾ ਸੀ ਬੇਬੇ ਇੰਨਾ ਮਹਿੰਗਾ ਅੰਡਾ ਹੈ ਕਾਹਦਾ। ਦਾਦਿਆਂ ਉਹ ਵਿਆਹ ਕਰਨ ਵਾਲੇ ਮਾਸਟਰ ਨੇ ਸਮਝਾਇਆ ਸੀ ਵੀ ਜਦੋਂ ਐਂ ਲੋੜ ਪਵੇ ਤਾਂ ਪ੍ਰਤੀਕਾਤਮਕ ਸ਼ਬਦ ਵਰਤ ਲਿਆ ਕਰੋ, ਫਿਰ ਮੈਂ ਅੰਡਾ ਦੀ ਕੁੱਕੜੀ ਪ੍ਰਤੀਕਾਤਮਕ ਸ਼ਬਦ ਕਰਕੇ ਵਰਤੇ ਆ। ਪੰਜਾਬੀ ਮੂਵੀ ਆਪਾਂ ਦੇਖ ਰਹੇ ਸ਼ੇਰ ਬੱਗਾ ਤੇ ਹੁਣ ਪਰ ਲੈਣ ਦੇ ਵਿੱਚ ਲੈ ਕੇ ਆਉਣਾ ਸਮਾਨ ਘਰ ਦਾ ਅਤੇ ਮੈਂ ਥੱਲੇ ਨੀਚੇ ਸਮਾਨ ਰੱਖਣ ਆ ਗਿਆ ਸੀ ਥੋੜ੍ਹਾ ਜਿਹਾ ਅਤੇ ਪੌਪਕੋਰਨ ਮਿਲੇ ਸੀਗੇ। ਨੂਰ ਹਰੀ ਉੱਪਰ ਆ ਰਹੇ, ਨੂਰ ਹਰੀ ਫੋਟੋ ਖਿੱਚ ਰਹੇ ਆ। ਦੇਖ ਲਈ ਮੂਵੀ ਨੂਰ ਕਿੱਦਾਂ ਦੀ ਲੱਗੀ? ਬਹੁਤ ਵਧੀਆ ਲੱਗੀ ਹੈਂ। ਆਪਾਂ ਹੁਣ ਚੱਲਦੇ ਰਿਲਾਇੰਸ ਦੇ ਵਿੱਚ, ਆਪਾਂ ਸਮਾਨ ਲੈਣ ਵਾਸਤੇ ਟਰਾਲੀ ਲੈ ਲਈ ਆ ਅਤੇ ਹਮੇਸ਼ਾ ਦੀ ਤਰ੍ਹਾਂ ਹੀ ਆਪਾਂ ਅਜੇ ਵੀਰ ਨੂੰ ਉੱਪਰ ਬਿਠਾ ਲਿਆ ਅਤੇ ਹੁਣ ਆਪਾਂ ਕਰਦੇ ਖਰੀਦੋ ਖਰੀਦ। ਅਜੇ ਵੀਰ ਆ ਰਿਹਾ ਮਜ਼ਾ? ਅਜੇ ਵੀਰ ਤਾਂ ਮਜ਼ੇ ਨੂੰ ਉੱਪਰ ਹੀ ਬੈਠ ਜਾਂਦਾ, ਇਹਨੂੰ ਐਂ ਦਾ ਨਜ਼ਾਰਾ ਨਹੀਂ, ਥੱਕ ਜਾਂਦਾ ਬੰਦਾ ਤੁਰਦਾ ਤੁਰਦਾ। 99 ਦਾ ਕੁਝ ਵੀ ਖਰੀਦੋ ਨਾ, ਕੁਝ ਵੀ ਖਰੀਦੋ 99 ਲੈ ਲਓ। ਇੱਕ ਮਿੰਟ ਕਹਿੰਦਾ ਜੀ ਹੋਰ, ਹਾਂ ਡੇਟ ਦੇਖ ਲਓ ਇਹਦੀ। ਹੈਲੋ ਜਵੀਰ, ਸ਼ੋਪਿੰਗ ਕਰਕੇ ਆਇਆ? ਕਿੰਨੀ ਸ਼ੋਪਿੰਗ ਕੀਤੀ? ਬਹੁਤ ਸਾਰੀ। ਓ ਮਜ਼ਾ ਆਇਆ ਤੈਨੂੰ ਸ਼ੋਪਿੰਗ ਕਰਕੇ? ਮਜ਼ਾ ਆਇਆ ਤੈਨੂੰ ਸ਼ੋਪਿੰਗ ਕਰਕੇ? ਮੰਮਾ ਤੇਰੇ ਕਿੱਧਰ ਗਏ, ਕਿੱਥੇ ਆ? ਦ ਨੈਕਸਟ ਡੇ। ਹਾਂਜੀ ਅਜੇ ਵੀਰ ਜਾ ਰਹੇ ਹੁਣ ਸਕੂਲ, ਰੈਡੀ ਹੋ ਗਿਆ ਅਜੇ ਵੀਰ ਹੈ ਜੀ ਵੀਰ। ਅਜੇ ਵੀਰ ਨਾ ਯੂਨੀਫਾਰਮ ਪਾ ਕੇ ਅੱਜ ਪਹਿਲੇ ਦਿਨ ਜਾ ਰਹੇ ਅਸੀਂ ਯੂਨੀਫਾਰਮ, ਪਹਿਲਾਂ ਵਿਦਆਊਟ ਯੂਨੀਫਾਰਮ ਜਾਂਦਾ। ਬੈਗ ਬਹੁਤ ਸੋਹਣਾ ਅਜੇ ਵੀਰ ਦਾ, ਨਿਊ ਬੈਗ ਔਰ ਨਿਊ ਆਈ ਕਾਰਡ ਹੈ ਨਾ। ਅਤੇ ਹੋਰ ਕਿਹੜੀ ਕਲਾਸ 'ਚ ਪੜ੍ਹਦਾ ਤੂੰ? ਨਰਸਰੀ 'ਚ। ਵੈਰੀ ਗੁੱਡ, ਅਤੇ ਕੰਮ ਕਰਦਾ ਨਾ ਸਕੂਲ? ਹਾਂ ਆਈ ਕਾਰਡ ਨਾ ਪੜ੍ਹ, ਆਏ ਨਾ ਆਈ ਕਾਰਡ ਪੜ੍ਹ। ਚੱਲੀਏ ਆਪਾਂ ਸਕੂਲ ਫਿਰ। ਸਕੂਲ ਦਾ ਨਾਮ ਕੀ ਹੈ ਤੇਰੇ ਦਾ? ਸਕੂਲ ਦਾ ਨਾਮ ਯੂਰੋ ਕਿਡਸ। ਵੈਰੀ ਗੁੱਡ। ਮੈਡਮ ਦਾ ਨਾਮ? ਠੀਕ ਹੈ। ਦੀਦੀ ਦਾ ਨਾਮ? ਸੁਸ਼ਮਾ ਦੀਦੀ। ਠੀਕ ਹੈ, ਚੱਲ ਚੱਲੀਏ ਫਿਰ। ਚਲੋ ਬਈ, ਚਲੋ 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 ਜਾਓ ਨਿਕਲੋ। ਚਲੋ ਵੀ ਆਪਾਂ ਚੱਲਦੇ ਅਜੇ ਵੀਰ ਨੂੰ ਛੱਡਣ ਸਕੂਲ। ਚਲੋ ਵੀ ਅਜੇ ਵੀਰ। ਹਾਂਜੀ ਕੀ ਹਾਲ ਚਾਲ ਆ? ਆਪਾਂ ਕੱਲ੍ਹ ਮੂਵੀ ਦੇਖਣ ਗਏ ਸੀਗੇ, ਇਹ ਕਹਿੰਦੇ ਆਪਣਾ ਫਿਲਮ ਦਾ ਨਾਂ ਹੈ। ਹਾਂਜੀ ਯਾਰ, ਮੈਂ ਨਾਮ ਬਹੁਤ ਜਲਦੀ ਭੁੱਲ ਜਾਣਾ ਅਤੇ ਮੈਨੂੰ ਮੂਵੀ ਵਧੀਆ ਲੱਗੀ ਸ਼ੇਰ ਬੱਗਾ। ਮੈਨੂੰ ਮੂਵੀ ਦੇਖਣ ਤੋਂ ਬਾਅਦ ਮੂਵੀ ਤੋਂ ਅਸੀਂ ਘਰ ਦਾ ਸਮਾਨ ਲੈਣ ਚਲੇ ਗਏ ਲੈਣ 'ਚ, ਤਾਂ ਕਰਕੇ ਫਿਰ ਉਸ ਤੋਂ ਬਾਅਦ ਘਰ ਆ ਗਏ ਕੋਈ ਕੰਮ, ਗੈਸਟ ਆ ਗਏ ਸੀ, ਉਸ ਤੋਂ ਬਾਅਦ ਅਸੀਂ ਵੀਡੀਓ ਨਹੀਂ ਬਣਾਈ ਗਈ ਵਲੋਗ ਦਾ। ਅਸੀਂ ਅੱਜ ਸੋਚੇ ਦੂਸਰੇ ਦਿਨ ਮੈਂ ਆਪਾਂ ਰਿਵਿਊ ਦੇ ਦੇਈਏ ਫਿਲਮ ਦਾ, ਅਤੇ ਜਿਹੜੀ ਸ਼ੇਰ ਬੱਗਾ ਮੂਵੀ ਦੇਖ ਲਿਆ ਸੀ ਮੈਨੂੰ ਤਾਂ ਬਹੁਤ ਵਧੀਆ ਲੱਗਿਆ। ਇਹਨੂੰ ਵੇਖ ਲਿਆ ਅਤੇ ਮੇਰੀ ਫੇਵਰੇਟ ਜਿਹੜੀ ਐਕਟਰਸ ਸੀਗੀ ਸੋਨਮ ਬਾਜਵਾ ਦੇ ਨਾਲ ਐਮ ਏ ਵਰਗੀ, ਅਤੇ ਇਹਨੂੰ ਵੀ ਚੰਗੀ ਲੱਗੀ ਮੈਨੂੰ ਤਾਂ।
हिंदी फिल्म टक्कर देनी है खाओ पियो बंदे तरह दिया फिल्म काफी पहला आई हो ਕਮੇਡੀ ਫਿਲਮਾਂ ਹੀ ਆ ਜਾਂਦੀਆਂ ਨੇ ਕਮੇਡੀ ਬੰਦੇ ਤਾਂ ਸੇਮ ਜਿਹਾ ਸੜ ਗਏ ਉਹ ਜਿਹੜਾ ਫਿਲਮਾਂ ਨਹੀਂ ਵਧੀਆ ਲੱਗਦਾ ਨਾ ਨਹੀਂ ਬਈ ਆਪਾਂ ਨੂੰ ਵਧੀਆ ਲੱਗਦਾ ਸੇਮ ਸਿਰ ਤੇ ਤਰਸੇਮ ਜੱਸੜ ਵੀ ਵਧੀਆ ਲੱਗਦਾ ਤੇ ਦੂਜਾ ਵੀ ਵਧੀਆ ਲੱਗਦਾ ਸਿੰਗਿੰਗ ਉਹਦੇ ਵਧੀਆ ਉਹਨਾਂ ਦੇ ਗਾਣੇ ਗੂਣੇ ਪਰ ਐਵੇਂ ਵੀ ਐਮੀ ਵਰਕ ਦੀ ਐਕਟਿੰਗ ਵਧੀਆ ਹੁੰਦੀ ਤਾਂ ਕਰਕੇ ਪਰ ਅਸੀਂ ਚਲੇ ਗਏ ਪਰ ਟੋਟਲ ਮਿਲਾ ਕੇ ਸੱਚੀ ਮੈਨੂੰ ਤਾਂ ਠੀਕ ਠਾਕ ਦੀ ਲੱਗੀ ਆ ਬਾਲੀ ਕੋਈ ਨਾ ਤਾਂ ਉਹਦੇ ਚ ਕੋਈ ਹੈਗੀ ਵੀ ਬੱਚੇ ਨੂੰ ਜਾ ਕੇ ਤੇ ਕੋਈ ਨੌਲੇਜ ਵਰਗੀ ਜਾਂ ਕੁਛ ਵੀ ਨਹੀਂ ਵੈਸੇ ਆਏ ਆ ਵੀ ਥੋੜੇ ਨਾ ਹਿੰਦੀ ਫਿਲਮ ਵਰਗੀ ਟਾਚੀ ਆ ਦਿੱਤਾ ਅਸੀਂ ਵੀ ਵੈਸਟਰਨ ਕੱਪੜੇ ਵਾਲੇ ਯੂਜ਼ ਕੀਤੇ ਅਸੀਂ ਉਹਦੇ ਤਾਂ ਕਰਕੇ ਅਸੀਂ ਵੈਸੇ ਵਧੀਆ ਸਟੋਰੀ ਬਣਾਉ ਵਧੀਆ ਲੱਗੀ ਉਹਦੀ ਕਮੇਡੀ ਜੀ ਵਿੱਚ ਵਧੀਆ ਲੱਗੀ ਅਤੇ ਹੈ ਉਹਨੂੰ ਤਾਂ ਠੀਕ ਲੱਗੀ ਫਿਲਮ ਇੱਦਾਂ ਕਰਕੇ ਆ ਦੂਜੀ ਕਰਕੇ ਸੋਨਮ ਬਾਜਵਾ ਸੀ ਨਾ ਉਹਦੇ ਫਿਲਮ ਦੇ ਵਿੱਚ ਸੋਨਮ ਬਾਜਵਾ ਤਾਂ ਵਧੀਆ ਯਾਰ ਉਹ ਜਿੰਮ ਜਾਂਦੇ ਅਗਲੇ ਫਿੱਟ ਫਾਟ ਪੂਰੀ ਐਕਟਿੰਗ ਕਰਦੀ ਹੈ ਪੂਰੀ ਵਧੀਆ ਰੱਖਦੇ ਆਪਣੇ ਆਪ ਨੂੰ ਮੇਨਟੇਨੈਂਸ ਪੂਰੀ ਰੱਖੀ ਹੋਈ ਇਹਨੇ ਤਾਂ ਕਰਕੇ ਤੁਸੀਂ ਵੀ ਰੱਖੀ ਹੋਈ ਆ ਮੈਂ ਤਾਂ ਆਪ ਬਹੁਤ ਐਕਸਰਸਾਈਜ਼ ਕਰਦਾ ਅਤੇ ਵਧੀਆ ਸੀ ਮੂਵੀ ਮੇਰੇ ਕੋਲ ਬਣਾ ਕੇ ਅਤੇ ਇੱਕ ਤਾਂ ਇੱਕ ਚਲੋ ਤੂੰ ਕਿੰਨੇ ਨੰਬਰ ਦੀ ਨਾ ਆਪਣੀ ਫਿਲਮ ਸੀ ਇਹਨੇ 10 ਚ 2 ਦਿੱਤੇ ਮੈਂ 10 ਚ 9 ਇੱਕ ਨੰਬਰ ਕੱਟ ਦੇਣਾ ਚਾਹ ਕੈਪ ਕਾ ਨੰਬਰ ਕਾਹਦਾ ਕੱਟਿਆ ਫਿਰ ਵੀ ਉਹ ਤੁਹਾਡੀ ਮੂਵੀ ਤਾਂ ਬਹੁਤ ਵਧੀਆ ਸੀ ਅਜੇ ਵੀ ਕਿੰਨੇ ਨੰਬਰ ਦੇਣੇ ਅਜੇ ਵੀਰ ਵੀ ਮੂਵੀ ਦੇਖਣ ਗਏ ਅਜੇ ਵੀਰ ਨੇ ਬਹੁਤ ਇੰਜੋਏ ਕੀਤਾ ਮੂਵੀ ਅਜੇ ਵੀ ਕਿੰਨੇ ਨੰਬਰ ਦੇਣੇ 5 ਅਜੇ ਵੀਰ ਨੇ 5 ਨੰਬਰ ਦਿੱਤੇ ਤੇ ਉੱਥੇ ਕੀ ਕਰਦਾ ਸੀ ਤੂੰ ਪੌਪਕਾਰਨ ਖਾਦੇ ਸੀ ਤੇ ਹੋਰ ਬਸ ਠੀਕ ਆ ਜੀ ਤੇ ਅੱਜ ਦਾ ਵਲੌਗ ਆ ਇੰਨਾ ਕੀ ਹੈ ਅਤੇ ਜਿਹੜਾ ਅੱਗੇ ਵਲੌਗ ਅਸੀਂ ਬਹੁਤ ਵਧੀਆ ਹੋਰ ਅੱਗੇ ਲੈ ਕੇ ਆਵਾਂਗੇ ਵਧੀਆ ਸਾਡੇ ਨਾਲ ਜੁੜੇ ਰਹੋ ਅਤੇ ਜੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਸਾਡਾ ਇੱਕ ਹੋਰ ਕੰਪਲੇਂਟ ਆ ਵੀ ਜਿਹੜਾ ਬੰਦਾ ਵਲੌਗ ਦੇਖਦਾ ਉਹ ਸਾਨੂੰ ਕਮੈਂਟ ਨਹੀਂ ਕਰਦਾ ਕਮੈਂਟ ਜ਼ਰੂਰ ਕਰੋ ਕਮੈਂਟ ਸਾਨੂੰ ਬਹੁਤ ਕਰਿਆ ਕਰੋ ਬਹੁਤ ਕਮੈਂਟ ਕਰਿਆ ਕਰੋ ਔਰ ਲਿੰਕ ਲਾਈਕ ਵੀ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਤਾਂ ਕਮੈਂਟ ਕਰਕੇ ਜਨੂੰ ਜ਼ਰੂਰ ਦੱਸਿਆ ਕਰੋ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਜੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਦਿਓ ਹੁਣ ਵੇਖਣਾ ਬੰਦ ਕਰ ਦਿਓ ਬਿਨਾਂ ਸਬਸਕ੍ਰਾਈਬ ਤੋਂ ਸਬਸਕ੍ਰਾਈਬ ਕਰਕੇ ਦੇਖੋ ਅਤੇ ਮਿਲਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਬਾਏ 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 ਬਾਏ